ਜਿੱਥੋਂ ਕੁੰਡਲੀ ਚ ਮਿਲੂ ਤੈਨੂੰ ਸੋਹਣੀਆਂ ਮੈਂ ਸ਼ਨੀ ਪੱਕਾ ਦੱਬ ਚ, ਮਤਲਬ ਉਸ ਦੀ ਐਡੀ ਔਕਾਤ ਕਿ ਉਹ ਸ਼ਨੀ ਮਹਾਰਾਜ ਨੂੰ ਆਪਣੀ ਜੇਬ ਚ ਰੱਖੇ। ਲੋਕ ਕਹਿੰਦੇ ਵੀ ਔਖੀ ਪਬਲਿਸਿਟੀ ਲੈਣ ਨੂੰ ਕਰਦੇ ਸਾਰਾ ਕੁਝ। ਇਹ ਸਿੰਗਰਾਂ ਦਾ ਐਡਾ ਸੀ, ਲੋਕਾਂ ਨੇ ਚੱਕਣਾ ਹੀ ਨਹੀਂ ਸੀ ਮੁੱਦਾ। ਅਗਰ ਪਹਿਲਾ ਸਿੰਗਰ ਜਿਹੜਾ ਬਕਵਾਸ ਕਰਦਾ ਸੀ ਨਾ ਹਿੰਦੂ ਦੇਵੀ ਦੇਵਤਾ ਬਾਰੇ, ਅਗਰ ਉੱਥੇ ਪ੍ਰਸ਼ਾਸਨ ਠੱਲ ਪਾ ਲੈਂਦਾ। ਜੋ ਕਹਿੰਦਾ ਵੀ ਕਲਾਕਾਰ ਜਾਣ ਬੁੱਝ ਕੇ ਟਾਰਗੇਟ ਕਰਦੇ, ਇਹ ਸ਼ਿਵ ਸੈਨਾ ਵਾਲੇ ਫੇਮ ਲੈਣ ਨੂੰ ਕਰਦੇ ਆ। ਸ਼ਿਵ ਸੈਨਾ ਵਾਲੇ ਆਪਣੇ ਧਰਮ ਦੀ ਗੱਲ ਕਰਦੇ ਆ, ਕਿਸੇ ਦਾ ਗਾਟਾ ਨਹੀਂ ਲਾਉਂਦੇ। ਜਿਹੜੇ ਪਾਸੇ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਕਰ ਰਹੇ ਹੋ, ਇਹ ਸਿਰਫ ਇਕੱਲੀਆਂ ਬਿਆਨਬਾਜ਼ੀਆਂ ਤਾਂ ਨਹੀਂ ਰਹਿ ਜਾਣਗੇ। ਲੱਗਦਾ ਨਹੀਂ ਹੈਗਾ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ, ਮੈਨੂੰ ਲੱਗਦਾ ਤੁਸੀਂ ਵੀ ਸਿਕਿਉਰਿਟੀ ਭਾਲੋ। ਰੰਗਰੇਟੇ ਨੇ ਕੋਈ ਕੀ ਬਾਰੇ ਕੁਝ ਕਿਹਾ ਗਾਣੇ ਦੇ ਵਿੱਚ, ਕੀ ਕਿਹਾ ਮੈਨੂੰ ਨਹੀਂ ਪਤਾ, ਨੋ ਪਰ ਉਹਦੀ ਕੰਪਲੇਂਟ 2 ਵਜੇ ਦਿੱਤੀ, 5 ਵਜੇ ਪਰਚਾ ਦਰਜ। ਪਿੱਛੇ ਦੀ ਘਾਬਰ ਵੀ ਕਿਉਂ ਜਾਂਦੇ ਹੋ, ਰੋਣ ਲੱਗ ਪੈਂਦੇ ਹੋ, ਫਿਰ ਲੜਾਈਆਂ ਤਾਂ ਬਹੁਤ। ਸੁਣ ਲਓ, ਪਰ ਕੀ ਹਿੰਮਤ ਨਾ ਹਾਰਾਂ, ਕਿੰਨਾ ਕੁਝ ਬਰਦਾਸ਼ਤ ਕਰ ਲਓਗੇ? ਕਿੰਨੀਆਂ ਲੜਾਈਆਂ ਲੜੀਆਂ, ਕਿੰਨੀ ਗੁੰਮਾ ਤੂੰ? ਸ਼ਨੀ ਤਾਂ ਮੈਂ ਡੱਬ ਚ ਰੱਖਾਂ, ਮਤਲਬ ਉਸ ਦੀ ਐਡੀ ਔਕਾਤ ਕਿ ਉਹ ਸ਼ਨੀ ਮਹਾਰਾਜ ਨੂੰ ਆਪਣੀ ਜੇਬ ਚ ਰੱਖੇ। ਇਡਲਾ ਜਿਗਰਾ ਇਹਨਾਂ ਲੋਕਾਂ ਦਾ ਖੁੱਲ ਚੁੱਕਾ ਹੈ ਕਿ ਇਹ ਲੋਕ ਪੂਰਾ ਸ਼ਰਮ ਨਹੀਂ ਕਰਦੇ ਸ਼ਨੀ ਦੇਵ ਮਹਾਰਾਜ ਬਾਰੇ, ਹਿੰਦੂ ਦੇਵੀ ਦੇਵਤਿਆਂ ਬਾਰੇ ਬਕਵਾਸ ਕਰਨ ਨੂੰ। ਅੱਛਾ ਠੀਕ ਹੈ, ਤੁਹਾਨੂੰ ਇਹ ਗੀਤ ਆ ਜਿਹੜਾ ਤੁਹਾਡੇ ਤੱਕ ਕਿਵੇਂ ਪਹੁੰਚਦਾ, ਤੁਹਾਡੇ ਤੱਕ ਇਹ ਨੋਟਿਸ ਦੇ ਵਿੱਚ ਗੀਤ ਕਿਵੇਂ ਆਉਂਦਾ? ਦੇਖੋ ਆਦਰਨੀਏ, ਸਾਡਾ ਸਮਾਜ ਸਾਡੇ ਨਾਲ ਜੁੜਿਆ ਹੋਇਆ, ਸਾਡਾ ਸਮਾਜ ਸਾਡੇ ਨਾਲ ਚੱਲਦਾ ਹੈ, ਸ਼ਿਵ ਸੈਨਾ ਪੰਜਾਬ ਨਾਲ ਸਮਾਜ ਚੱਲਦਾ। ਆਦਰਨੀ ਗੁਰਦੇਵ ਸਵਾਮੀ ਸੁਰੇਸ਼ ਦੁਆ ਜੀ ਮਹਾਰਾਜ ਸਾਡੇ ਹੈਗੇ ਨੇ, ਉਹਨਾਂ ਨੇ ਸਾਨੂੰ ਵੀਡੀਓ ਭੇਜੀ, ਫਿਰ ਸਾਡੇ ਸੰਦੀਪ ਥਾਪਰ ਜੀ ਨੇ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ, ਮਤਲਬ ਦੋਨਾਂ ਵੱਲੋਂ ਸੰਪਰਕ ਹੋਇਆ। ਉਹ ਤੋਂ ਥਾਪਰ ਸਾਹਿਬ ਨੇ ਕਿਹਾ ਕਿ ਇਹਦੀ ਕੰਪਲੇਂਟ ਬਣਦੀ ਹੈ ਤਾਂ ਪਰਚਾ ਬਣਦਾ। ਅਸੀਂ ਲੋਕ ਪ੍ਰਸ਼ਾਸਨ ਕੋਲ ਗਏ, ਪ੍ਰਸ਼ਾਸਨ ਨੂੰ ਕੰਪਲੇਂਟ ਦਿੱਤੀ ਹੈ, ਦੇਖਦੇ ਹਾਂ ਕੀ ਬਣਦਾ। ਲੱਗਦਾ ਵੀ ਪਹਿਲਾਂ ਵੀ ਜਿਹੜਾ ਕਲਾਕਾਰਾਂ ਦੇ ਵਿਰੁੱਧ ਜਿਹੜਾ ਤੁਹਾਡੇ ਸ਼ਿਵ ਸੈਨਾ ਵੱਲੋਂ ਇਹ ਰੌਲੇ ਪੈਂਦੇ ਰਹੇ ਆ, ਲੱਗਦਾ ਵੀ ਇਹ ਕੁਝ ਲੋਕ ਕਹਿੰਦੇ ਵੀ ਫੋਕੀ ਪਬਲਿਸਿਟੀ ਲੈਣ ਨੂੰ ਕਰਦੇ ਸਾਰਾ ਕੁਝ? ਦੇਖੋ ਫੋਕੀ ਪਬਲਿਸਿਟੀ ਗੱਲ ਦੀ ਨਹੀਂ ਹੈ, ਇਹ ਸਿੰਗਰਾਂ ਦਾ ਐਡਾ ਸੀ, ਲੋਕਾਂ ਨੇ ਚੱਕਣਾ ਹੀ ਨਹੀਂ ਸੀ ਮੁੱਦਾ। ਅਗਰ ਪਹਿਲਾ ਸਿੰਗਰ ਜਿਹੜਾ ਬਕਵਾਸ ਕਰਦਾ ਸੀ ਨਾ ਹਿੰਦੂ ਦੇਵੀ ਦੇਵਤਾ ਬਾਰੇ, ਅਗਰ ਉੱਥੇ ਪ੍ਰਸ਼ਾਸਨ ਠੱਲ ਪਾ ਲੈਂਦਾ, ਪਰਚਾ ਦੇ ਦਿੰਦਾ ਸਾਡੇ ਨਾ, 5-6 ਦਿਨ ਲਗਾਤਾਰ ਧਰਨੇ ਲਾਉਣ ਤੋਂ ਪਹਿਲਾਂ ਪਰਚਾ ਦੇ ਦਿੰਦਾ, ਅਰੈਸਟ ਪਾ ਲੈਂਦਾ, ਬਾਰੋ ਬਾਰ ਜ਼ਮਾਨਤ ਨਾ ਹੁੰਦੀ, ਐਡੇ ਸਿੰਗਰਾਂ ਦਾ ਜਿਗਰਾ ਹੀ ਨਹੀਂ ਸੀ ਖੁੱਲ੍ਹਣਾ? ਨਹੀਂ ਪਰ ਲੱਗ ਮਾਨ ਜੀ ਮੇਰੀ ਗੱਲ ਸੁਣੋ, ਤੁਸੀਂ ਇੱਕ ਗੱਲ ਕਹੀ ਇਹਨੂੰ ਮੇਰੇ ਯੂਥ ਦੇ ਪ੍ਰਧਾਨ ਨੂੰ ਕਿ ਵੀ ਤੁਸੀਂ ਫੇਮ ਲਈ ਲੈਂਦੇ ਹੋ, ਬੇਅਦਬੀ ਹੋਈ, ਅਸੀਂ ਪ੍ਰਸ਼ਾਸਨ ਕੋਲ ਜਾਂਦੇ, ਪ੍ਰਸ਼ਾਸਨ ਅੱਗੇ ਕੀ ਕਹਿ ਰਿਹਾ? ਬਿਲਕੁਲ, ਦੇਖੋ ਮੇਰੀ ਗੱਲ ਸੁਣੋ, ਅਸੀਂ ਪਿੱਛੇ ਥੋੜ੍ਹੇ ਦਿਨ ਹੋਇਆ, 10 ਤਰੀਕ ਨੂੰ ਗਣੇਸ਼ ਮੰਦਿਰ ਇਸਲਾਮਗੰਜ ਦੇ ਵਿੱਚ ਇੱਕ ਬੇਅਦਬੀ ਹੋਈ, ਉਹਦੇ ਲਈ ਅਸੀਂ ਆਵਾਜ਼ ਚੱਕੀ, ਆਵਾਜ਼ ਚੱਕੀ, ਇੱਕ ਦਿਨ ਪੂਰਾ ਘੁਮਾਉਂਦੇ ਰਹੇ, ਫਿਰ ਇੱਕ ਪ੍ਰਸ਼ਾਸਨ ਦੇ ਇੱਕ ਵਧੀਆ ਅਧਿਕਾਰੀ ਕੀ ਕਹਿ ਰਹੇ ਹੈ ਕਿ ਜੁੱਤੀਆਂ ਪਾ ਕੇ ਅੰਦਰ ਗਏ, ਕਾਹਦੀ ਬੇਅਦਬੀ ਹੈ? ਇਹ ਕੋਈ ਬੇਅਦਬੀ ਥੋੜ੍ਹੀ ਹੋਈ, ਜਾਣਾ ਬੇਅਦਬੀ ਨਹੀਂ ਹੈ, ਅਤੇ ਬਾਕੀ ਦੇ ਧਰਮ ਸਥਾਨਾਂ 'ਚ ਜੁੱਤੀਆਂ ਪਾ ਕੇ ਜਾਣਾ ਬੇਅਦਬੀ ਹੈ ਕਿ ਨਹੀਂ ਹੈ, ਇਹ ਮੇਰਾ ਸਵਾਲ ਹੈ। ਲੱਗਦਾ ਵੀ ਕਲਾਕਾਰ ਜਾਣ ਬੁੱਝ ਕੇ ਟਾਰਗੇਟ ਕਰਦੇ? ਬਿਲਕੁਲ ਟਾਰਗੇਟ ਕਰਦੇ ਆ, ਸਹੀ ਗੱਲ ਹੈ ਵੀ ਪਹਿਲਾਂ ਅਗਲਾ ਦਾ 2-4 ਹਜ਼ਾਰ ਫਾਲੋਅਰ ਹੁੰਦਾ, ਜਿਲ੍ਹੇ ਉਹਨੂੰ ਲੱਗਦਾ ਵੀ ਹੁਣ ਮੇਰੀ ਗਾਣਾ ਮੇਰੀ ਗੱਡੀ ਚੱਲ ਨਹੀਂ ਰਹੀ ਮੇਰੀ, ਕਿ ਸ਼ਿਵ ਸੈਨਾ ਵਾਲੇ ਫੇਮ ਲੈਣ ਨੂੰ ਕਰਦੇ ਆ, ਸ਼ਿਵ ਸੈਨਾ ਵਾਲੇ ਆਪਣੇ ਧਰਮ ਦੀ ਗੱਲ ਕਰਦੇ ਆ, ਕਿਉਂਕਿ ਸਾਡਾ ਜਿਹੜਾ ਧਰਮ ਹੈ, ਸਾਡਾ ਧਰਮ ਕਹਿੰਦਾ ਜੇ ਇੱਕ ਬੰਦੇ ਕੋਲ ਗਲਤੀ ਹੋਈ ਹੋ, ਕਹੋ ਉਹਦੀ ਗਲਤੀ ਮਨਾਓ, ਪਰ ਸਾਡੇ ਨਾਲ ਕੀ ਹੋ ਰਿਹਾ, ਨਾ ਤਾਂ ਸਾਡੀ ਸੁਣਵਾਈ ਹੋ ਰਹੀ ਹੈ। ਤਾਂ ਹੁੰਦੀ ਸ਼ਨੀਦੇਵ ਮਹਾਰਾਜ ਐਡੀ ਵੱਡੀ ਬਕਵਾਸ ਕਰਦਾ ਹੀ ਨਾ, ਫਿਰ ਅਸੀਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ, ਪ੍ਰਸ਼ਾਸਨ ਕੋਲ ਇਹ ਸੁਣਨ ਨੂੰ ਮਿਲਦਾ, ਅਸੀਂ ਲੋਕ ਕੁਛ ਨਹੀਂ ਕਹਿੰਦੇ, ਅਸੀਂ ਲੋਕ ਸਿੰਪਲ ਕਹਿੰਦੇ ਕੰਪਲੇਂਟ ਲੈ ਲਓ, ਸਾਡੀ ਕੰਪਲੇਂਟ ਨਹੀਂ ਹੁੰਦੀ, ਮਤਲਬ ਅਸੀਂ ਵੀ ਉਹੀ ਕੰਮ ਸ਼ੁਰੂ ਕਰ ਦਈਏ, ਮੌਕੇ 'ਤੇ ਕਰ ਦਈਏ, ਫਿਰ ਦੱਸੋ। ਨਹੀਂ ਲੱਗਦਾ ਹੈਗਾ ਵੀ ਜਿਹੜੇ ਪਾਸੇ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਕਰ ਰਹੇ ਹੋ, ਇਹ ਸਿਰਫ ਇਕੱਲੀਆਂ ਬਿਆਨਬਾਜ਼ੀਆਂ ਤਾਂ ਨਹੀਂ ਰਹਿ ਜਾਣਗੀਆਂ? ਕਿਉਂ ਬਿਆਨਬਾਜ਼ੀਆਂ ਕੋਈ ਰਹਿ ਜਾਣਗੀਆਂ ਜੀ? ਅਸੀਂ ਲੋਕ ਅੱਜ ਤੱਕ ਕਦੇ ਗਾਇਕ ਦੇ ਪਿੱਛੇ ਕੋਈ, ਉਸ ਤੋਂ ਬਾਅਦ ਹੁਣ ਕੋਈ ਲੜਦਾ, ਕੋਈ ਧਰਨਾ ਲਾਉਂਗੇ, ਕੀ ਕਰੋਗੇ, ਕੁਛ ਅੱਗੇ ਦੀ ਕਾਰਵਾਈ ਦੇਖਦੇ ਆ, ਰਣਨੀਤੀ ਬਹਿ ਕੇ ਤੈਅ ਹੋਊਗੀ ਸਾਡੇ
ਸਾਡੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਲੀਡਰ ਬੈਠਣਗੇ, ਦੇਖਦੇ ਹਾਂ ਕੀ ਕਰਦੇ ਹਾਂ ਅੱਗੇ। ਅਸੀਂ ਲੋਕ ਤਾਂ ਹੁਣ ਕੰਪਲੇਂਟ ਦਿੱਤੀ ਹੈ, ਦੇਖਦੇ ਹਾਂ ਇੱਕ ਦੋ ਦਿਨ ਦੇਖੀਏ ਤਾਂ ਸਹੀ। ਮੇਲਾ ਦੀ ਤੁਸੀਂ ਵੀ ਸਿਕਿਉਰਿਟੀ ਪਾ ਲਓ ਕੱਲ। ਉਹ ਬਿਲਕੁਲ ਕੋਈ ਸਿਕਿਉਰਿਟੀ ਨਹੀਂ ਪਾ ਲੈਂਦਾ ਅੱਜ ਤੱਕ, ਦੱਸ ਦੋ ਸਾਲ ਹੋ ਗਏ ਸ਼ਿਵ ਸੈਨਾ 'ਚ ਕੰਮ ਕਰਦੇ, ਕਿਹੜੀ ਕੰਪਲੇਂਟ ਦੇਤੀ ਕਿ ਥਰੈਟ ਆਉਂਦੀਆਂ ਨੇ? ਬਿਲਕੁਲ ਆਉਂਦੀਆਂ ਨੇ। ਅੱਜ ਤੱਕ ਪਤਾ ਕਰ ਲਓ ਕਿਹੜੀ ਵਿਨੀਤ ਦੂਏ ਨੇ ਕੰਪਲੇਂਟ ਦਿੱਤੀ, ਜੋ ਪਤਾ ਕਰੋ। ਜਿਸ ਦਿਨ ਕਰੋਗੇ ਇੱਕ ਵਿਨੀਤ ਦੂਏ ਨੇ ਕੰਪਲੇਂਟ ਦਿੱਤੀ, ਉਸ ਦਿਨ ਦੱਸਿਓ ਫਿਰ। ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿਸੇ ਗੀਤਕਾਰ ਦਾ, ਗਾਇਕ ਦਾ? ਸਾਨੂੰ ਵੀ ਲੋੜ ਹੈ, ਅਸੀਂ ਤਾਂ ਪ੍ਰਸ਼ਾਸਨ ਦੇ ਵਿਸ਼ਵਾਸ ਕੀਤਾ ਸੀ, ਕੀਤਾ ਸੀ, ਪਰ ਸਿਲਾ ਕੀ ਮਿਲਿਆ ਉਹ ਦੱਸਤਾ, ਕੀਤਾ ਸੀ, ਹੁਣ ਦੇਖਦੇ ਹਾਂ ਅੱਗੇ ਕੀ ਕਰਨਾ। ਨਹੀਂ, ਹੁਣ ਲੱਗਦਾ ਵੀ ਅੱਗੇ ਗਾਇਕ ਦੇ ਖਿਲਾਫ ਕੋਈ ਆਪਦੀ ਜਿਹੜੀ ਸਮਾਜ ਨੂੰ ਲੈ ਕੇ ਜਾਂ ਤੁਹਾਡੀ ਸੀਨੀਅਰ ਲੀਡਰਸ਼ਿਪ ਨੂੰ ਲੈ ਕੇ? ਬਿਲਕੁਲ ਚੱਲਾਂਗੇ ਜੀ, ਬਿਲਕੁਲ ਚੱਲਾਂਗੇ। ਜੇ ਸਾਨੂੰ ਹਰ ਵਾਰ ਦੇਖੋ, ਸਾਡਾ ਸਮਾਜ ਨਾ ਉਹ ਸਮਾਜ ਨਹੀਂ ਨਾ ਹੈਗਾ, ਉਹ ਸਮਾਜ ਨਹੀਂ ਹੈ, ਗੱਲ ਨਹੀਂ ਸਮਝੇ। ਜਿਹੜਾ ਉਹ ਕੀ ਉਹਦਾ ਨਾਮ ਹੈ, ਸ਼ਿਮਲਾਪੁਰੀ ਹੈ ਸਰਦਾਰ ਜੀ, ਉਹਦਾ ਨਾਮ ਹੈ ਰੰਗਰੇਟਾ। ਰੰਗਰੇਟੇ ਨੇ ਲੜਕੀ ਬਾਰੇ ਕੁਛ ਕਿਹਾ ਗਾਣੇ ਦੇ ਵਿੱਚ, ਕੀ ਕਿਹਾ ਮੈਨੂੰ ਨਹੀਂ ਪਤਾ, ਪਰ ਉਹਦੀ ਕੰਪਲੇਂਟ 2 ਵਜੇ ਦਿੱਤੀ, 5 ਵਜੇ ਪਰਚਾ ਦਰਜ। ਸਾਡਾ ਮੁੰਡਾ ਕੱਲ੍ਹ ਦਾ ਘੁੰਮ ਰਿਹਾ, 3 ਦਿਨ ਹੋ ਗਏ ਇਹਨੂੰ ਘੁੰਮਦੇ ਨੂੰ।